أعوذ بالله من الشيطان الرجيم بسم الله الرحمن الرحيم آج اسا انشاءاللہ العزیز آئے ہیں سی اے بھیڑا ماشاءاللہ ہیں بکریاں بھی ہیں تے انہاں دے چراوان والے موجود ہیں کیا نام ہے بھائی تیرا خلیل احمد صاحب جناب تہاڈا نام اور تے کلوز تھی او سونا کیا نام ہے بیٹا تیرا آصف بھائی اے آصف صاحب ہیں اے خلیل صاحب ہیں اے جناب بکریاں بھی چرین دین بھیڑاں بھی چرین دین ذرا ہی میں اٹھی کھڑو تھکے بیٹھو اٹھی کھڑو ویڈیو بن دی کی اٹھی ہاں سنا اے جل ٹر دو سویرے گھروں کتنے بجے نکل دو اے نکل دو 7 بجے سویرے 7 بجے نماز گھر پڑھ دے وے अच्छा नमाज घर पढ़ते तेरा का दूचा है नमाज घर पढ़ते या मस्जिद पढ़ देवे ना नमाज पढ़ते चेर प्यारा अच्छा नमाज पढ़ते ते वाल निकल पोंदे वे निकल पोंदे ते तो आपको पता होंदे ऐसा वंजना की था है रूट क्या है रास्ता केड़ा है आपको वड़े बीठा चराल चराल रूट के वंजने अच्छा कहीं चरावड़े वाले ठीक है ਜਿਹੜਾ ਚਰਾਰ ਨਾਲ ਲੱਭੀਣ ਵਾਲੀ ਵੀ ਟਾਈਮ ਪਾਸ ਕੀਤਾ ਹੁੰਦਾ ਸ਼ਾਮ ਕੋ 5-6 ਵਜੇ ਗਿਆ ਉਸੇ ਵਾਲੀ ਘਰ ਸ਼ਾਮ ਕੋ 5-6 ਵਜੇ ਘਰ ਵੇਂਦੇ ਵੇ ਸਵੇਰੇ 7 ਵਜੇ ਨਿਕਲ ਦੇ ਵੇ ਤਕਰੀਬਨ 10 ਤੋਂ 12 ਘੰਟੇ ਦਾ ਤੁਸਾਂ ਇਹ ਸਫ਼ਰ ਤੈਅ ਕਰੇਨੇ ਵੇ ਮਲਿਕ ਸਾਹਿਬ ਰੋਜ਼ਾਨਾ 10 ਤੋਂ 12 ਘੰਟੇ ਇਹ ਆਪਣੇ ਜਾਨਵਰ ਚਰੇਂਦੇ ਨ ਯਾਨੀ ਇੱਕ ਡਿਊਟੀ ਦੇਨੇ ਵਿਚਾਰਾ ਇਹ ਦੋ ਬੱਚੇ ਤੁਹਾਡੇ ਵਾਲੇ ਸਾਹਿਬ ਕਹਿ ਨਹੀਂ ਹੁੰਦੇ ਤੁਹਾਡੇ ਨਾਲ ਉਹ ਬਜ਼ੁਰਗ ਹਨ ਔਰ ਜ਼ਾਹਿਰ ਹੈ ਉਹ ਨਹੀਂ ਆ ਸਕਦੇ ਉਹਨਾਂ ਦੀ ਆਪਣੀ ਮਜਬੂਰੀ ਹੈ ਤੇ ਤੁਸੀਂ 10 ਤੋਂ 12 ਘੰਟੇ ਚਰੇਂਦੇ ਵੇ ਮਾਲ ਕੋ ਚੋਖਾ ਮਾਲ ਹੈ ਤੁਹਾਡਾ ਟੋਟਲ ਭੇੜਾ ਚੋਖਿਆ ਹਨ ਭੇੜਾ ਇਥੋਂ ਇਥੋਂ ਆਵਨ ਇਹ ਬਲਕਿ ਹਾਂ ਇਥੋਂ 10 12 ਭੇੜਾ ਹਨ ਅੱਛਾ ਵੀਡੀਓ ਕਿਉਂ ਠੀਕ ਨਹੀਂ ਆ ਰਹੀ 10 12 10 12 ਭੇੜਾ ਹਨ ਅੱਛਾ 10 12 ਬੱਕਰੀਆਂ ਹਨ 10 12 ਭੇੜਾ 10 12 ਬੱਕਰੀਆਂ ਨਾ ਭਾਈ ਇਹ ਤਾਂ ਜ਼ਿਆਦਾ ਹਨ ਵਾਲੇ ਲੋਕ ਲੋਕ ਕਿਤੇ ਵੱਡੇ ਸਾਰਾ ਕਈ ਖਰਚਾ ਪਾਣੀ ਦੇ ਤੋ ਹਾਂ 10 12 ਤੁਹਾਡੀਆਂ ਆਪਣੀਆਂ ਭੇਡਾਂ 10 12 ਬੱਕਰੀਆਂ ਆਪਣੀਆਂ ਹਨ ਬਾਕੀ ਭੇਡਾਂ ਤੇ ਬੱਕਰੀਆਂ ਲੋਕਾਂ ਦੀਆਂ ਹਨ ਉਹ ਵਾਲ ਖਰਚਾ ਦੇਣ ਤੋ ਕੋ ਮਹੀਨੇ ਦਾ ਚੋਖਾ ਦੇਣ ਇੱਕ ਭੇਡ ਦਾ ਬਸ ਕਈ 100 ਦੇ ਤਾਂ ਕਈ 50 ਦੇ ਤਾਂ ਕਈ 100 ਰੁਪਿਆ ਐਵਰੇਜ ਔਸਤ ਇੱਕ ਜਾਨਵਰ ਦਾ ਇੱਕ ਮਹੀਨੇ ਦਾ ਹਾਂ ਅਗਰ ਦੋ ਜਾਨਵਰ ਹਨ ਤਾਂ 200 ਰੁਪਿਆ ਦੇਸਨ ਤਰੇ ਜਾਨਵਰ ਇਹਨਾਂ ਦਾ 300 ਕਈ ਦੇ ਦੇ ਕਈ ਦੇਣਾ ਕਹਿੰਦੀ ਲਈ ਮੇਰੇ ਵਾਚੇ ਇੱਕ ਮੇਰੇ ਜੋਲ ਬਈ ਕੀ ਮੇਰੇ ਲਈ ਵਧੇ ਰਾਂਦੋ ਇਹ ਤਾਂ ਕੋਈ ਤਰੀਕਾ ਕਹਿੰਦੀ ਇਤਨੀ ਮਿਹਨਤ ਕਰੇ ਦੇਵੇ ਇਤਨਾ ਤੁਸਾਂ ਮਾਲ ਉਹਨਾਂ ਦਾ ਪਲਵੇਂ ਦੇਵੇ ਉਹਨਾਂ ਦੇ ਵਾਸਤੇ 10 ਤੋਂ 12 ਘੰਟੇ ਰੋਜ਼ਾਨਾ ਟਾਈਮ ਦੇ ਦੇਵੇ ਤੇ ਵੱਲ ਉਹਦੇ ਬਾਅਦ ਜਨਾਬ ਤੁਸਾਂ ਉਹਨੇ ਕੋ ਨੂੰ ਪੈਸੇ ਕਹੀਂ ਦਿੱਤੇ ਤਾਂ ਘਿੰਨ ਕੀ ਦੇਤੇ ਕਹੀਂ ਨਾ ਦਿੱਤੇ ਤਾਂ ਵਾਲੀ ਚੁੱਪ ਰਹਿਵੇਂ ਦੇਵੇ ਨਹੀਂ ਉਹਨੇ ਕੋ ਆਖੋ ਸਾਡੀ ਮਜ਼ਦੂਰੀ ਤਾਂ ਦਿਓ ਤੁਹਾਡਾ ਹੱਕ ਹੈ ਤੁਸੀਂ ਇਤਨੀ ਮਿਹਨਤ ਕਰੇ ਦੋ ਇਹ ਵੀ ਚਰਾਈ ਦਾ ਮਾਲ ਅਸੀਂ ਮਾਸ਼ਾਅੱਲਾ ਮੰਜੀ ਹੈ ਇਹਨਾਂ ਨਾਲ ਵੀ ਇੰਟਰਵਿਊ ਕਰਨੇ ਇਨਸ਼ਾਅੱਲਾ ਉਲ ਅਜ਼ੀਜ਼ ਅੱਛਾ 100 ਰੁਪਿਆ ਸਿਰਫ ਮਲਿਕ ਸਾਹਿਬ ਮਹੀਨੇ ਦਾ ਇੱਕ ਜਾਨਵਰ ਦੀ ਚਰਾਈ ਦਾ ਦੇਣ ਦੇਵਣ ਵਾਲਿਆਂ ਦੀ ਕਮਾਲ ਹੈ ਔਰ ਕੋਈ ਦੇਂਦੇ ਵੀ ਕਹਿ ਨਹੀਂ ਬੱਚਾ ਇਹ ਦੱਸੇਂਦਾ ਵੀ ਅੱਛਾ ਬੇਟਾ ਤੂੰ ਸਕੂਲ ਵੀ ਤਾਂ ਪੜ੍ਹਨਾ ਤਾਂ ਸਕੂਲ ਕਿਉਂ ਨਹੀਂ ਪੜ੍ਹਿਆ ਤੂੰ ਸਕੂਲ ਨਾ ਕਿਹੜੇ ਕਰਨਾ ਮਜਬੂਰੀ ਜੇ ਮੈਂ ਵੀ ਵਿੱਚ ਆਵਾਂ ਥੋੜ੍ਹਾ ਜਿਹਾ ਅੱਛਾ ਤੁਹਾਡੀ ਮਜਬੂਰੀ ਹੈ ਬੀਆ ਬੰਦਾ ਤੁਹਾਡੇ ਕਹਿੰਦੇ ਜ਼ਾਹਿਰ ਹੈ ਕੋਈ ਕਹਿ ਨਹੀਂ ਵਾਲਿਦ ਸਾਹਿਬ ਬਜ਼ੁਰਗ ਹਨ ਉਹ ਰੋਜ਼ਾਨਾ ਸਫ਼ਰ ਨਹੀਂ ਕਰ ਸਕਦੇ ਨਹੀਂ ਵਜ੍ਹਾ ਕਨੂੰ ਤੁਸਾਂ ਮਜਬੂਰ ਹੈ ਵੇ ਇੰਨਾ ਕੁ ਚਰਾਵਣ ਅਤੇ 10 12 ਘੰਟੇ ਇਹਨਾਂ ਦੇ ਉੱਤੇ ਸਰਫ ਥੀਂਦੇ ਨੇ ਤੁਹਾਡੇ ਤਾਂ ਵੰਜ ਕੇ ਤੁਹਾਡਾ ਇਹ ਸਿਲਸਿਲਾ ਚੱਲਦਾ ਪਏ ਤੁਹਾਡੇ ਦੋ ਭਾਈ ਪੜ੍ਹਦੇ ਪਏ ਸਕੂਲ ਛੋਟੇ ਦੋ ਭਾਈ ਸਕੂਲ ਪੜ੍ਹਦੇ ਪਏ ਇਹ ਦੋ ਭਾਈ ਵਿਚਾਰੇ ਇਹਨਾਂ ਭੇਡਾਂ ਦੀ ਚਰਾਈ ਅਤੇ ਬੱਕਰੀਆਂ ਦੀ ਚਰਾਈ ਤੇ ਆਉਂਦੇ ਹਨ ਅਤੇ ਆਪਣਾ ਸਿਲਸਿਲਾ ਚਲਾ ਹੀ ਖੜੇ ਹਨ ਇਹਦੇ 'ਚੋਂ ਕੋਈ ਬੱਚਤ ਥੀਂਦੀ ਹੈ ਕਦਾਂ ਕਦਾਂ ਵੀ ਚੇਂਦੇ ਵੇ ਸਾਲ ਲੱਖ ਰੁਪਿਆ ਫਲ ਚੱਲ ਜਾ ਮਰ ਗਏ ਸਾਲ ਬਾਅਦ ਕੋਈ ਫਲ ਜੰਮ ਪਿਆ ਵੱਡਾ ਥੀ ਗਿਆ ਕੋਈ ਵਿਕ ਗਿਆ ਹੁੰਦੇ 'ਚੋਂ ਤੁਹਾਡਾ ਘਰ ਦਾ ਗੁਜ਼ਾਰਾ ਚੱਲਦੇ ਰੋਟੀ ਪਾਣੀ ਹੁਣ ਚੱਲਦੇ ਅੱਛਾ ਉਹਦਾ ਹੱਲ ਹੈ ਨਾ ਉਹਦੀ ਵੈਕਸੀਨ ਕਰਵਾਈ ਕਰੋ ਤੁਸੀਂ ਵੈਕਸੀਨ ਕਿਉਂ ਨਹੀਂ ਕਰਵਾਉਂਦੇ
ਬਹਰਹਾਲ ਅਹਿਮ ਸਵਾਲ ਹੈ ਮਲਿਕ ਸਾਹਿਬ, ਬੱਚੇ ਦੀ ਉਮਰ ਪੜ੍ਹਨ ਦੀ ਆਈ, ਲੇਕਿਨ ਉਹਦੀ ਮਜਬੂਰੀ ਹੈ। ਇਹਨਾਂ ਦੋਹਾਂ ਬੱਚਿਆਂ ਦੀ ਉਮਰ ਪੜ੍ਹਨ ਦੀ ਆਈ, ਸਕੂਲ ਨਹੀਂ ਬਣ ਸਕਦੇ, ਬੇਰਾਂ 'ਚ ਰਹਿੰਦੇ ਦਿਨ, ਘਰ ਦੀ ਖਾਤਰ ਇਤਨੀ ਮਿਹਨਤ ਕਰਦੇ ਪੈਂਦੇ। ਇਹਦੇ 'ਚ ਆਪਣੇ ਵਾਸਤੇ ਵੀ ਸਬਕ ਹੈ ਕਿ ਅੱਲਾਹ ਪਾਕ ਨੇ ਜੋ ਵਸਾਇਲ ਸਾਕੂ ਦਿੱਤੇ ਹਨ, ਅਲਹਮਦੁਲਿਲਾ ਪੜ੍ਹਨਾ ਚਾਹੀਦਾ ਹੈ। ਔਰ ਇਹਨਾਂ ਦੀ ਮਿਹਨਤ ਕਰਨੂੰ ਅਸਾਕੂ ਵੀ ਇੱਕ ਮਿਹਨਤ ਦਾ ਸਬਕ ਮਿਲੇ ਕਿ ਦੇਖੋ ਇਹ ਰੋਜ਼ਾਨਾ 10 ਤੋਂ 12 ਘੰਟੇ ਆਪਣੀ ਡਿਊਟੀ ਦੇਣੇ ਵੱਲ ਵੰਨ ਅਤੇ ਇਹਨਾਂ ਦਾ ਸਿਲਸਿਲਾ ਹੈ ਰੋਜ਼ਗਾਰ। ਇਹਦੇ 'ਚ ਅੱਲਾਹ ਪਾਕ ਇਹਦੇ 'ਚ ਕੋਈ ਨਾ ਕੋਈ ਬਰਕਤ ਪੈਂਦੇ। ਹਾਂ, ਮੀਂਹ ਦੇ ਟਾਈਮ ਤੁਹਾਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ, ਪਾਣੀ ਰਲੇ ਕੇ ਨਹੀਂ ਹੁੰਦਾ, ਜਿੱਦਾਂ ਕੋਈ ਨਲਕਾ ਮਿਲਿਆ ਉੱਥੋਂ ਪੀਂਦੇ ਨੇ। ਰੋਟੀ ਘਰੋਂ ਚਾਹੁੰਦੇ, ਰੋਟੀ ਵੀ ਘਰੋਂ ਕਹਿ ਨਹੀਂ ਚਾਹੁੰਦੇ, ਯਾਨੀ ਸਵੇਰ ਰੋਟੀ ਖਾ ਕੇ ਆਉਂਦੇ, ਸ਼ਾਮ ਕੋ ਵੱਲ ਵਾਪਸ ਘਰ ਵੰਦੇ ਰੋਟੀ ਖਾਂਦੇ ਨੇ। ਸਰਦੀ ਦਾ ਮੌਸਮ ਹੈ, ਗਰਮੀ ਦਾ ਮੌਸਮ ਹੈ, ਹਾਰਸ਼ ਵੈਦਰ ਕੰਡੀਸ਼ਨ ਹਨ, ਬਾਰਿਸ਼ਾਂ ਹਨ, ਜੋ ਵੀ ਹੈ ਕਿੱਚੜ ਹੈ, ਇਹਨਾਂ ਨੇ ਰੋਜ਼ਾਨਾ ਮੂਵ ਕਰਨੇ ਤਾਂ ਕਿ ਜਾਨਵਰ ਕੁਝ ਨਾ ਕੁਝ ਖਾ ਗਿਨਣ, ਕੁਝ ਨਾ ਕੁਝ ਪਲ ਵੰਜਣ। ਬੜਾ ਮੁਸ਼ਕਿਲ ਹੈ, ਬੜਾ ਡਿਫੀਕਲਟ ਹੈ, ਬੜਾ ਮਿਹਨਤ ਵਾਲਾ ਕੰਮ ਹੈ, ਲੇਕਿਨ ਇਹ ਹੈ ਕਿ ਨਮਾਜ਼ ਪੜ੍ਹੀ ਦਾ ਕਰੋ। ਜ਼ੁਹਰ ਜਿੱਦਾਂ ਥੀਵੇ ਜ਼ੁਹਰ ਦੀ ਨਮਾਜ਼ ਪੜ੍ਹੋ, ਅਸਰ ਦਾ ਟਾਈਮ ਥੀਵੇ ਅਸਰ ਦੀ ਨਮਾਜ਼ ਪੜ੍ਹੋ, ਘਰ ਬੰਦ ਮਗਰਬ ਔਰ ਇਸ਼ਾ ਦੇ ਨਮਾਜ਼ਾਂ ਪੜ੍ਹੋ। ਅਤੇ ਇਹ ਕਿਉਂਕਿ ਤੁਸੀਂ ਇਤਨੀ ਮਿਹਨਤ ਕਰਦੇ ਪਏ, ਰਿਜ਼ਕ ਹਲਾਲ ਕਮਾਉਂਦੇ ਪਏ, ਨਾਲ ਅਗਰ ਇਹ ਨਮਾਜ਼ ਵੀ ਪੜ੍ਹਦੇ ਰਹੋ ਨਾ, ਅੱਲਾਹ ਪਾਕ ਬਹੁਤ ਵੱਡਾ ਮਕਾਮ ਦੇ ਦੇ ਸੀ। ਠੀਕ ਹੈ ਜੀ, ਮੇਰਾ ਖਿਆਲ ਹੈ ਜੀ ਤੁਹਾਡਾ ਇੰਟਰਵਿਊ ਇਤਨਾ ਹੀ ਕਾਫੀ ਹੈ। ਵੈਕਸੀਨ ਪਹੁੰਚ ਗਈ ਹੈ ਸਾਡੀ, ਇਨਸ਼ਾਅੱਲਾ ਹੁਣ ਵੈਕਸੀਨ ਕਰਨੀ ਹੈ ਸਾਂ। ਅਸਲਾਮੁ ਅਲੈਕੁਮ ਜਨਾਬ ਆਲਾ, ਇਹ ਬਜ਼ੁਰਗ ਵੀ ਤਸ਼ਰੀਫ ਫਰਮਾਏ, ਇਹਨਾਂ ਦੀ ਮਿਹਰਬਾਨੀ ਆ, ਜਾ ਗਏ ਅਤੇ ਵੈਕਸੀਨ ਇਹਨਾਂ ਨੇ ਖੜ ਕੇ ਕਰਾਵਣੀ ਹੈ। ਅਸਾਂ ਇਹਨਾਂ ਦੀ ਐਂਟੈਰੋਟੋਕਸੀਮੀਆ ਦੀ ਵੈਕਸੀਨ ਕਰਨੀ ਹੈ ਇਨਸ਼ਾਅੱਲਾ। ਹੁਣ ਅੱਲਾਹ ਤਾਲਾ ਕਬੂਲ ਮਕਬੂਲ ਫਰਮਾਵੇ। ਅੱਲਾਹੁਮਾ ਸੱਲ ਅਲਾ ਮੁਹੰਮਦ ਵਾ ਆਲ ਮੁਹੰਮਦ।